ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਦੇਹਾਤ ਕ੍ਰਾਈਮ ਬ੍ਰਾਂਚ ਅਤੇ ਸਦਰ ਨਕੋਦਰ ਦੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਇੱਕ ਔਰਤ ਸਣੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ SPD ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੇ ਟੈਕਨੀਕਲ ਟੀਮ ਦੇ ਨਾਲ ਮਿਲ ਕੇ ਰਾਹੁਲ ਕੁਮਾਰ ਉਰਫ ਅਮਨ ਵਾਸੀ ਨਕੋਦਰ, ਸੁਖਵਿੰਦਰ ਕੌਰ ਪਤਨੀ ਨੇਤਰਲਾਲ ਵਾਸੀ ਨਕੋਦਰ ਅਤੇ ਸਿਮਰਜੀਤ ਸਿੰਘ ਉਰਫ ਸੰਨੀ ਵਾਸੀ ਜੀਰਾ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਕਮਲ ਹਸਪਤਾਲ ਨਕੋਦਰ ਨੇੜੇ ਗ੍ਰਿਫਤਾਰ ਕੀਤਾ। SP ਸਰਬਜੀਤ ਸਿੰਘ ਨੇ ਦੱਸਿਆ ਕਿ ਚਾਰ ਲੋਕਾਂ ਨੇ ਗੈਂਗ ਬਣਾ ਕੇ ਨਕੋਦਰ ਦੇ ਬਿਲਡਰ ਤੋਂ 45 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਸਪੈਸ਼ਲ ਟੀਮ ਤਿਆਰ ਕਰਕੇ ਇਸ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਔਰਤ ਵੀ ਸ਼ਾਮਿਲ ਹੈ। SP ਸਰਬਜੀਤ ਸਿੰਘ ਨੇ ਕਿਹਾ ਕਿ ਇਹਨਾਂ ਦਾ ਇੱਕ ਸਾਥੀ ਜਸਕੀਰਤ ਸਿੰਘ ਉਰਫ ਜਸਕਰਨ, ਜੋ ਕਿ ਹਲੇ ਪੁਲਿਸ ਗ੍ਰਿਫਤ ਤੋਂ ਬਾਹਰ ਹੈ, ਉਹਨੂੰ ਫੜਨ ਲਈ ਪੁਲਿਸ ਤਲਾਸ਼ ਵਿੱਚ ਲੱਗੀ ਹੋਈ ਹੈ। ਸਿਟੀ ਨਕੋਦਰ ਜਲੰਧਰ ਦਿਹਾਤੀ ਦੇ ਵਿੱਚ FIR ਨੰਬਰ ਅਸੀਂ ਇੱਕ ਦਰਜ ਕੀਤੀ ਆ। ਉਹਦੇ ਵਿੱਚ ਸਾਡੀ ਟੀਮ ਨੂੰ, ਪੁਸ਼ਪ ਬਾਲੀ ਜੀ ਦੀ ਟੀਮ ਨੂੰ ਇੱਕ ਹਿਊਮਨ ਸੋਰਸ ਰਾਹੀਂ ਪਤਾ ਲੱਗਾ ਸੀ ਵੀ ਨਕੋਦਰ ਸਿਟੀ ਦੇ ਵਿੱਚ ਇੱਕ ਗੈਂਗ ਬਣਿਆ ਹੋਇਆ, ਜਿਹੜਾ ਕਿ ਵਪਾਰੀਆਂ ਨੂੰ ਫੋਨ ਕਰਕੇ ਔਰ ਮੈਸੇਜ ਦੇ ਕੇ ਧਮਕੀ ਭਰੇ, ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਹਨਾਂ ਤੋਂ ਫਰੌਤੀ ਦੀ ਰਕਮ ਮੰਗ ਰਿਹਾ ਆ। ਔਰ ਜਿਹਦੇ ਵਿੱਚ ਇੱਕ ਸੰਜੀਵ ਕੁਮਾਰ ਦਾ ਨਾਮ ਦਾ ਵਪਾਰੀ ਸੀਗਾ, ਜਿਹੜਾ ਕਿ ਸ਼ਹਿਰ ਦੇ ਵਿੱਚ ਹੀ ਉਹ ਰਹਿੰਦੇ ਹੈਗੇ ਆ, ਔਰ ਉਹਨੂੰ ਇਹਨਾਂ ਨੇ ਮੈਸੇਜ ਕੀਤਾ ਔਰ ਕਾਲ ਕੀਤੀ ਵੀ ਆਪਣਾ ਸਾਨੂੰ 45 ਲੱਖ ਰੁਪਈਆ ਦੇ ਦੇ, ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਨੂੰ ਅਸੀਂ ਵੱਡਾ ਨੁਕਸਾਨ ਕਰਾਂਗੇ। ਉਹਦੀ ਇਗਜ਼ਾਮਪਲ ਦਿੱਤੀ ਟਿੰਮੀ ਚਾਵਲਾ ਦੀ ਉਸ ਮੈਸੇਜ ਦੇ ਵਿੱਚ, ਔਰ ਉਹਦੀ ਸਾਡੀ ਟੀਮ ਨੇ, ਸਾਡੇ DSP ਹਰਜੀਤ ਹੁਣੀ ਔਰ ਬਾਲੀ ਜੀ ਦੀ ਟੀਮ ਨੇ ਬਹੁਤ ਵਧੀਆ ਵਰਕ ਕੀਤਾ। ਔਰ ਉਸ ਗੈਂਗ ਦੇ ਟੋਟਲ 4 ਮੈਂਬਰ ਸੀਗੇ ਔਰ ਉਹਦੇ ਵਿੱਚੋਂ 3 ਨੂੰ ਅਸੀਂ ਅਰੈਸਟ ਕੀਤਾ। ਇੱਕ ਲੇਡੀਜ਼ ਹੈਗੀ ਔਰ 2 ਬੰਦੇ ਹੈਗੇ ਆ, ਇੱਕ ਜਸਕਰਨ ਹੈ ਜੀਰੇ ਤੋਂ ਔਰ 2 ਲੋਕਲ ਹੀ ਹੈਗੇ ਨਕੋਦਰ ਸਿਟੀ ਤੋਂ, ਉਹਨਾਂ ਨੂੰ ਅਸੀਂ ਅਰੈਸਟ ਕੀਤਾ। ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਵੀ ਇਸ ਗੈਂਗ ਦੇ ਕੋਈ ਹੋਰ ਵੀ ਮੈਂਬਰ ਜੇ ਹੋਏ ਉਹ ਵੀ ਅਰੈਸਟ ਕਰਾਂਗੇ, ਔਰ ਹੁਣ ਅਸੀਂ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਵਾਂਗੇ ਇਹਨਾਂ ਦਾ। ਨਹੀਂ, ਉਹਨੂੰ ਤਾਂ ਇਹਨਾਂ ਨੇ ਇੱਕ ਜ਼ਰੀਆ ਬਣਾਇਆ ਸੀਗਾ ਉਹਦੇ, ਵੀ ਦੇਖ ਲਾ ਪਹਿਲਾਂ ਉਹਨੇ ਸਾਨੂੰ ਫਰੌਤੀ ਨਹੀਂ ਦਿੱਤੀ ਸੀ ਅਤੇ ਉਹ ਅਸੀਂ ਕੰਮ ਕਰ ਦਿੱਤਾ, ਹੁਣ ਜੇ ਤੂੰ ਨਹੀਂ ਦੇਂਗਾ। ਉਹਦਾ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਸੀ ਇਸ ਗੈਂਗ ਵੱਲੋਂ। ਨਕੋਦਰ ਦੇ ਹੀ ਆ 2 ਇਹਨਾਂ ਦੀ ਪ੍ਰੋਫਾਈਲ, ਜਿਹੜੇ ਜੀਰੇ ਵਾਲਾ ਆ ਉਹ ਵੀ ਦਿਹਾੜੀ ਕਰਦਾ ਔਰ ਜੋ ਲੇਡੀਜ਼ ਆ ਉਹ ਵੀ ਵਿਹਲੀ ਹੈਗੀ ਆ। ਉਹਦਾ ਲੜਕਾ ਜਿਹੜਾ ਹੈਗਾ ਉਹ ਬਾਰਬਰ ਸ਼ੋਪ ਹੈਗੀ ਆ ਉੱਥੇ ਕੰਮ ਕਰਦਾ, ਜਿਹੜਾ ਕਿ ਸੰਜੀਵ ਦੀ ਬਿਲਕੁਲ ਨਾਲ ਹੈਗਾ, ਉਹਦੇ ਘਰ ਦੇ ਲਾਗੇ ਹੀ ਹੈਗੀ ਉਹ ਬਾਰਬਰ ਸ਼ੋਪ। ਇਸ ਨਕੋਦਰ ਸਿਟੀ ਦੇ ਏਰੀਆ 'ਚ ਕੀਤੀ ਸੀ। ਜਿਹੜਾ ਇਹਨਾਂ ਦਾ ਇੱਕ ਹੋਰ ਗੈਂਗ ਦਾ ਮੈਂਬਰ ਹੈਗਾ ਜਿਹੜਾ ਐਟ ਲਾਰਜ ਹੈਗਾ ਆ, ਉਹਦੇ 'ਤੇ 3 ਤੋਂ 4 ਮੁਕੱਦਮੇ ਉੱਤੇ ਦਰਜ ਹੈਗੇ, ਉਹ ਹਾਲੇ ਫਰਾਰ ਹੈ, ਉੱਤੇ ਚੱਲ ਰਹੀ ਸਾਡਾ ਵਰਕ ਚੱਲ ਰਿਹਾ ਆ, ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ। ਸਿਮਰਜੀਤ ਸੰਨੀ ਉਹੀ ਐਟ ਲਾਰਜ ਹੈਗਾ, ਹਾਂ ਉਹ ਵੀ ਇਹਨਾਂ ਦੇ ਗੈਂਗ ਦਾ ਮੈਂਬਰ ਹੈ। ਯੈਸ, ਇਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀ 2 ਤਰੀਕ ਦਾ ਵੀ 2 ਤਰੀਕ ਤੱਕ ਜੇ ਸਾਨੂੰ ਪੈਸੇ ਨਾ ਮਿਲੇ ਤਾਂ ਤੁਹਾਡਾ ਨੁਕਸਾਨ ਕਰਾਂਗੇ। ਮੇਨ ਪਲੈਨਰ ਹੀ ਕਹਿ ਲਓ ਵੀ ਇਹਨਾਂ ਦਾ ਮਾਸਟਰ ਮਾਇੰਡ, ਲੇਡੀਜ਼ ਇਹ ਸਾਰੇ ਇਕੱਠੇ ਹੀ ਆ, ਹਰ ਬੰਦੇ ਦਾ ਆਪਣਾ ਆਪਣਾ। ਨਹੀਂ ਜੀ, ਉਹ ਸੈਪਰੇਟ ਆ ਸੀ, ਇਹ ਵੱਖਰਾ ਗੈਂਗ ਆ। ਇਹ ਤਾਂ ਜਸਟ ਮੇਰੀ ਤੁਹਾਡੇ ਪ੍ਰੈਸ ਥਰੂ ਇਹ ਅਪੀਲ ਹੈ ਸਾਰਿਆਂ ਨੂੰ, ਨਾ ਕਿ ਨਕੋਦਰ ਵਾਸੀਆਂ ਨੂੰ, ਜੇ ਕਿਸੇ ਨੂੰ ਵੀ ਕੋਈ ਕਾਲ ਆਉਂਦੀ ਆ ਉਹਦਾ ਨਾਮ ਬਿਲਕੁਲ ਹੀ ਗੁਪਤ ਰੱਖਿਆ ਜਾਏਗਾ। ਉਹ ਸਾਡੇ ਜਿਹੜੇ ਮਰਜ਼ੀ ਸੀਨੀਅਰ ਅਫਸਰ ਦੇ ਨਾਲ ਜਿੱਥੇ ਵੀ ਉਹਨਾਂ ਨੂੰ ਕੌਨਫੀਡੈਂਸ ਲੈਵਲ ਬੈਟਰ ਹੈਗਾ ਆ, ਔਰ ਉਹਨਾਂ ਨੂੰ ਬਿਲਕੁਲ ਵੀ ਉਹਨਾਂ ਦਾ ਨਾਂ ਨਸ਼ਰ ਨਹੀਂ ਹੋਏਗਾ, ਔਰ ਇਨਵੈਸਟੀਗੇਸ਼ਨ ਕਰਕੇ ਸਾਰੇ ਬੰਦੇ ਜਿਹੜੇ ਇੱਦਾਂ ਦਾ ਧੰਦਾ ਕਰਦੇ ਆ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾਊਗਾ। ਉਹਦੇ 'ਚ ਮੈਂ ਦੇਖੋ ਸਾਡਾ ਜਵਾਨ ਵੀ ਸ਼ਹੀਦ ਹੋਇਆ ਜੀ, ਉਹਨੇ ਮੁਕਾਬਲਾ ਕੀਤਾ ਉਹਨਾਂ ਨਾਲ। ਇਹ ਤਾਂ ਜਿਹੜੀ ਵਾਰਦਾਤ ਆ ਉਹ ਹੋਣਾ, ਉਹਨੂੰ ਕੋਈ ਨਹੀਂ
असी प्रकॉशन कर सकते हैं, पर जिहड़ी चीज़ होनी है तो होनी है इनवैसटीगेशन। साडा पुलिस का काम कि डिटेक्शन करना और उन्हों इनवैसटीगेट करना, ठीक है ना। उहदे वल्लों जिहड़ा उन्हां दा पक्ष हैगा वह रख सकते हैं, परंतु उहदे च इनवैसटीगेशन च साडी कोई प्रॉब्लम नहीं है। जसकरन नहीं जी, उन्होंने लगिया हुई टीम जी। बिल्कुल बिल्कुल जी, बिल्कुल हार्ड क्रिमिनल है जिसकर नहीं है जी। यस यस, तीन मकान आर्म्स एक्ट और एनडीपी एक्ट।